ਸਤਿ ਸ਼੍ਰੀ ਅਕਾਲ ਜੀ। ਤੂੰ ਇੱਥੇ ਕੀ ਲੈਣ ਆਇਆ? ਮੇਰੀ ਬੇਟੀ ਪ੍ਰੀਤੀ ਬਾਰੇ ਕੁਝ ਪਤਾ ਲੱਗਿਆ ਹੈ। ਬਾਲ ਜੀ, ਮੈਂ ਤੁਹਾਡੇ ਕੋਲ ਇੱਕ ਅਰਜ਼ੀ ਬੇਨਤੀ ਲੈ ਗਿਆ। ਉਹ ਗੱਲ ਇਹ ਹੈ ਕਿ ਤੁਹਾਡੀ ਲੜਕੀ ਪ੍ਰੀਤੀ ਤੇ ਮੇਰਾ ਪੋਤਾ ਅਮਰ ਇੱਕ ਦੂਸਰੇ ਨਾਲ ਬਹੁਤ ਪਿਆਰ ਕਰਦੇ ਹਨ, ਕਿਉਂ ਨਾ ਉਹਨਾਂ ਦੋਨਾਂ ਦਾ ਵਿਆਹ ਕਰ ਦਿੱਤਾ ਜਾਵੇ। ਤੁਹਾਡੀ ਲੜਕੀ ਤੇ ਹੱਥ ਮੈਂ ਆਪਣੇ ਪੋਤਰੇ ਲਈ ਮੰਗਣ ਆਇਆ। ਚੁੱਪ! ਮੇਰੇ ਜਖਮਾਂ ਤੇ ਨਮਕ ਪੁੱਕਣ ਲਈ ਆਇਆ? ਮੈਂ ਤਾਂ ਸੋਚਦਾ ਸੀ ਕਿ ਮੇਰੀ ਬੇਟੀ ਪ੍ਰੀਤੀ ਬਾਰੇ ਕੋਈ ਪਤਾ ਲੱਗ ਗਿਆ ਹੋਵੇਗਾ, ਤੂੰ ਦੱਸਣਾ ਆਇਆ। ਹਾਂ, ਤੂੰ ਲੜਕੀ ਹੈ? ਹਾਂ, ਮੈਂ ਇੱਕ ਲੜਕੀ ਹੂੰ। ਲੜਕੀ ਹੈ ਤੂੰ? ਹਾਂ, ਮੈਂ ਇੱਕ ਲੜਕੀ ਹੂੰ। ਦੀਪੂ ਨਹੀਂ, ਲੜਕੀ? ਹਾਂ, ਮੈਂ ਇੱਕ ਲੜਕੀ ਹੂੰ। ਕਮਾਲ ਹੈ! ਵਿਦਿਆਵਤੀ, ਵਿਦਿਆਵਤੀ! ਹਾਂਜੀ, ਇੱਧਰ ਆਈ। ਕਮਾਲ ਹੈ! ਆ ਦੇਖ, ਕੀ ਦੇਖਦਾ ਮੈਂ? ਇਹ ਦੀਪੂ ਹੈ ਜਿਹੜਾ ਆਪਣੇ ਘਰ, ਇਹ ਲੜਕਾ ਨਹੀਂ ਲੜਕੀ ਹੈ। ਕੀ ਕਹਿ ਰਹੇ ਹੋ ਤੁਸੀਂ? ਬਾਅਦ ਵਿੱਚ ਲੜਕੀਆਂ ਵਾਲੇ ਕੱਪੜੇ ਪਾ ਕੇ ਧੋਖਾ ਖਾਤੇ ਅਸੀਂ ਮੇਰੇ ਨਾਲ। ਇਹ ਕੀ ਹੁਲੀਆ? ਮੈਂ ਲੜਕੀ ਹੂੰ। ਪਹਾੜੋਂ ਮੈਂ ਬਸੇ ਇੱਕ ਛੋਟੇ ਸੇ ਗਾਉਂ ਸੇ ਯੇ ਸੋਚ ਕਰ ਆਈ ਥੀ ਕਿ ਆਪ ਸੇ ਸੰਗੀਤ ਸਿੱਖੂੰਗੀ, ਲੇਕਿਨ ਆਪ ਜੈਸੇ ਇਨਸਾਨ ਸੇ ਮੈਂ ਸੰਗੀਤ ਕੈਸੇ ਸਿੱਖ ਸਕਤੀ ਹੂੰ? ਜਿਸ ਇਨਸਾਨ ਕੀ ਇਤਨੀ ਛੋਟੀ ਸੋਚ ਹੈ, ਜੋ ਕਿਸੀ ਕੀ ਭਾਵਨਾਓਂ ਕੋ ਨਹੀਂ ਸਮਝ ਸਕਤਾ, ਕਿਸੀ ਕੇ ਪਿਆਰ ਕੋ ਨਹੀਂ ਸਮਝ ਸਕਤਾ। ਨਹੀਂ, ਅਬ ਮੈਂ ਆਪ ਸੇ ਸੰਗੀਤ ਨਹੀਂ ਸਿੱਖ ਸਕਤੀ। ਜਾ ਰਹੀ ਹੂੰ ਆਪਕੋ ਛੋੜ ਕਰ, ਔਰ ਯੇ ਬਤਾਨੇ ਆਈ ਹੂੰ ਕਿ ਮੈਂ ਇੱਕ ਲੜਕੀ ਹੂੰ। ਹਾਂ, ਮੈਂ ਇੱਕ ਲੜਕੀ ਹੂੰ। ਚੁੱਪ! ਜ਼ਿਆਦਾ ਨਹੀਂ ਬੋਲਣਾ। ਚੁੱਪ! ਖਬਰਦਾਰ, ਫਤਿਹ ਸਿੰਘ ਚਲੇ ਜਾਓ। ਜਾਓ ਬੇਟਾ, ਜਾਓ ਜਾਓ ਜਾਓ। ਬੈਠੋ ਤੁਸੀਂ, ਆਪਣੀ ਸਿਹਤ ਨੂੰ ਦੇਖੋ, ਕੀ ਕਰ ਰਹੇ ਹੋ ਤੁਸੀਂ? ਅੱਗੇ ਤੁਹਾਡੀ ਸਿਹਤ ਠੀਕ ਨਹੀਂ ਹੈ। ਕੀ ਕਰਾਂ ਬੇਟਾ? ਪਾਣੀ ਲੈ ਕੇ ਆ। ਪਹਿਲਾਂ ਅਮਰੇ ਨੇ ਧੋਖਾ ਕੀਤਾ, ਦੂਜਾ ਫਿਰ ਇਹ ਦੀਪੂ ਹੈ ਜਿਹੜਾ, ਵੇਖੋ, ਲੜਕੀ ਹੋ ਕੇ ਲੜਕਾ ਬਣ ਕੇ ਮੇਰੇ ਨਾਲ ਧੋਖਾ ਕਰੀਆ। ਇਹ ਕੁਛ ਤਾਂ ਹੈ।